ਇੱਕ ਮਹਿਲਾ ਦੀ ਲਾਸ਼ ਉਸਦੇ ਹੀ ਘਰ ਦੇ ਵਿੱਚੋਂ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ। ਜਾਣਕਾਰੀ ਮੁਤਾਬਿਕ ਉਸਦੇ ਪ੍ਰੇਮੀ ਤੇ ਹੀ ਕਤਲ ਦੇ ਇਲਜ਼ਾਮ ਲੱਗੇ ਨੇ ਤੇ ਇਹ ਮਹਿਲਾ ਆਪਣੇ ਪਤੀ ਨੂੰ ਛੱਡ ਕੇ ਘਰ ਦੇ ਵਿੱਚ ਇਕੱਲੀ ਰਹਿ ਰਹੀ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਮੋਗਾ ਦੇ ਅਜੀਤਵਾਲ ਤੋਂ ਸਾਹਮਣੇ ਆਇਆ, ਜਿੱਥੇ ਇੱਕ ਕਿਰਾਏ ਦੇ ਘਰ ਦੇ ਵਿੱਚ ਹਰਪਾਲ ਕੌਰ ਨਾਮ ਦੀ ਮਹਿਲਾ ਦੀ ਲਾਸ਼ ਮਿਲੀ ਹੈ। ਇਹ ਮਹਿਲਾ ਕਈ ਸਾਲਾਂ ਤੋਂ ਇਸ ਘਰ ਦੇ ਵਿੱਚ ਇਕੱਲੀ ਰਹਿ ਰਹੀ ਸੀ ਤੇ ਆਪਣੇ ਪਤੀ ਨੂੰ ਛੱਡ ਚੁੱਕੀ ਸੀ। ਜਾਣਕਾਰੀ ਅਨੁਸਾਰ ਮਹਿਲਾ ਦੇ ਕਿਸੇ ਨੌਜਵਾਨ ਦੇ ਨਾਲ ਸੰਬੰਧ ਸਨ, ਜਿਸ ਤੇ ਮਹਿਲਾ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ। ਮਹਿਲਾ ਦਾ ਸਾਥੀ ਮਨੀ ਅਕਸਰ ਹੀ ਉਸਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਤੇ ਬੀਤੀ ਰਾਤ ਵੀ ਉੱਥੇ ਆਇਆ ਹੋਇਆ ਸੀ ਤੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਤੇ ਮਹਿਲਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕਤਲ ਦੀ ਅਸਲ ਵਜ੍ਹਾ ਸਾਫ਼ ਹੋ ਪਾਵੇਗੀ। ਇਹ ਕੁੱਟਮਾਰ ਕਹਿੰਦੇ ਉੱਥੇ ਦੱਸਿਆ ਸੀਗਾ, ਜਿਹਨਾਂ ਕੋਲੇ ਰਹਿੰਦੇ ਸੀਗੇ ਬੰਦੇ, ਉਹਨਾਂ ਨੇ ਦੱਸਿਆ ਵਾ। ਜੀਤਵਾਲ ਜੀ ਇਕੱਲੇ ਰਹਿੰਦੇ ਸੀਗੇ? ਹਾਂਜੀ ਇਕੱਲੇ ਹੀ ਰਹਿੰਦੇ। ਕਿੰਨੀ ਦੇਰ ਤੋਂ? ਹੋ ਗਏ 3-4 ਸਾਲ ਹੋ ਗਏ। ਅਤੇ ਕੀ ਪਤਾ ਕੀ ਲੱਗਿਆ ਤੁਹਾਨੂੰ, ਕਿਵੇਂ ਮੌਤ ਹੋਈ? ਹਾਲੇ ਤਾਂ ਵੀ ਕੁਛ ਪਤਾ ਨਹੀਂ ਲੱਗਿਆ। ਉੱਥੇ ਜਿਹੜੇ ਬੰਦੇ ਦੱਸਦੇ ਆ, ਉਹਨਾਂ ਨੇ ਇੱਕ ਜਨਾਨੀ ਦੱਸਦੀ, ਉਹ ਕਹਿੰਦੀ ਵੀ ਉਹ ਮੁੰਡਾ ਆਇਆ ਸੀ ਮਨੀ ਨਾਂ ਉਹਦਾ, ਉਹ ਕੁੱਟਮਾਰ ਕੀਤੀ ਉਹਨੇ ਬਸ। ਮਨੀ ਕੀ ਲੱਗਦਾ ਜਨਾਬ? ਹੁਣ ਤੁਹਾਨੂੰ ਪਤਾ ਹੀ ਇਹ ਗੱਲ ਆ, ਜਨਾਨੀ ਕੋਲ ਕਿਹੜਾ ਬੰਦਾ ਰਹਿੰਦਾ ਹੁੰਦਾ? ਕਿੰਨੀ ਦੇਰ ਤੋਂ ਆਉਂਦਾ? ਇਹ ਨਹੀਂ ਪਤਾ ਜੀ। ਤੁਸੀਂ ਤੁਹਾਡੇ ਕੋਲ ਨਹੀਂ ਰਹਿੰਦੇ ਸੀ ਮਾਮੀ? ਨਹੀਂ। ਇਹ ਸਰ ਹਰਪਾਲ ਕੌਰ ਲੇਡੀ ਆ ਜੀ, ਇਹਦੇ ਵਾਈਫ ਘਰ, ਇਹਦਾ ਨਾਂ ਹੈਗਾ ਜਗਤਾਰ ਸਿੰਘ। ਇਹ ਬੁੱਗੀ ਪਰੇ ਸ਼ਾਦੀਸ਼ੁਦਾ ਜੀ। ਇਹ ਆਪਦੇ ਘਰ ਨਾਲ 15-20 ਸਾਲ ਤੋਂ ਕਰੀਬ ਇਹ ਅਲੱਗ ਰਹਿੰਦੀ ਸੀਗੀ। ਘਰ ਲੜਾਈ ਝਗੜਾ ਹੋਣ ਕਰਕੇ ਇਹ ਜੀਤਵਾਲ ਰਹਿੰਦੀ ਸੀ ਕਿਸੇ ਮਕਾਨ ਦੇ ਵਿੱਚ ਕਿਰਾਏ 'ਤੇ ਜੀ। ਉੱਥੇ ਦੇ ਕਿਸੇ ਮੁੰਡੇ ਮਣੀ ਨਾਂ ਦਾ ਮੁੰਡਾ ਕੋਈ ਰੋਡੇ ਪਿੰਡ ਦਾ, ਉਹਦੇ ਨਾਲ ਕੋਈ ਨਜਾਇਜ਼ ਸੰਬੰਧ ਇਹਦੇ ਹੋ ਗਏ ਜੀ। ਉਹਦੇ ਨਾਲ ਰਾਤ ਕੱਲ੍ਹ ਉਹ ਜਿਹੜਾ ਮੁੰਡਾ ਸ਼ਾਮਾਂ ਨੂੰ ਇਹਦੇ ਕੋਲ 8:15 ਵਜੇ ਆਇਆ ਸੀਗਾ ਇੱਥੇ ਘਰ, ਅਤੇ ਉਹ ਜਿਹੜਾ ਕਿ ਰਾਤ ਇਹਦੇ ਕੋਲ ਰਿਹਾ ਜੀ। ਸਵੇਰੇ ਫਿਰ ਰਾਤ ਨੂੰ ਸਵੇਰੇ ਜਾ ਕੇ ਦੇਖਿਆ ਤਾਂ ਮਰਡਰ ਹੋਇਆ ਪਿਆ ਸੀ, ਅਤੇ ਉਹ ਮੁੰਡਾ ਜਿਹੜਾ ਮੌਕੇ ਤੋਂ ਚਲਾ ਗਿਆ ਜੀ। ਮੁੰਡੇ ਨੇ ਮਾਰਿਆ ਕੀ ਕਾਰਨ ਕੀ ਰਿਹਾ? ਨਹੀਂ ਦੇਖੋ, ਕਾਰਵਾਈ ਚੱਲ ਰਹੀ ਹੈ ਜੀ, ਮਾਰ ਰਿਹਾ ਕੋਈ ਸਾਹਮਣੇ ਨਹੀਂ ਆਇਆ ਕੀ ਮਾਰਿਆ ਕੀ ਵਜ੍ਹਾ ਕੀ ਨਹੀਂ, ਇਹ ਗੱਲ ਕੋਈ ਸਾਹਮਣੇ ਹੀ ਨਹੀਂ ਆਈ ਜੀ। ਕੁਛ ਕਾਰਨ ਪਤਾ ਲੱਗਾ ਜੀ ਕਿਉਂ ਮਾਰਿਆ? ਕਾਰਨ ਫਿਲਹਾਲ ਕੋਈ ਨਹੀਂ ਪਤਾ ਲੱਗਿਆ ਜੀ। ਕਾਰਵਾਈ ਚੱਲ ਰਹੀ ਜੀ, ਅੱਗੇ ਜਿਹੋ ਜਿਹੀ ਕਾਰਵਾਈ ਜਿਵੇਂ ਸੂ ਗੱਲ ਕੋਈ ਸਾਹਮਣੇ ਆਊਗੀ ਉਹਦੇ ਮੁਤਾਬਕ ਕਾਰਵਾਈ ਜੀ। ਮਾਰਿਆ ਕੀ ਨਹੀਂ ਜੀ? ਇਹ ਮਣੀ 'ਤੇ ਸ਼ੱਕ ਕਰ ਰਹੇ, ਮਣੀ ਜਿਹੜਾ ਨਾਮ ਨਜਾਇਜ਼ਮਾਨ ਸੀ ਮੁੰਡੇ ਦੇ ਰੋਟੀ ਪਿੰਡ ਦਾ, ਇਹ ਰਾਤ ਉੱਥੇ ਘਰੇ ਆਇਆ ਸੀਗਾ? ਉੱਥੇ ਘਰੇ ਆਇਆ ਸੀਗਾ ਜੀ। ਅੱਗੇ ਵੀ ਆਉਂਦਾ ਜਾਂਦਾ ਸੀ? ਅੱਗੇ ਵੀ ਆਉਂਦਾ ਜਾਂਦਾ ਸੀ ਜੀ। ਕਿੰਨੀ ਦੇਰ ਤੋਂ ਸੰਬੰਧ ਸੀਗੇ? ਇਹਦੇ ਸੰਬੰਧ ਸੀਗੇ ਜੀ ਸਾਲ 1.5 ਸਾਲ ਤੋਂ ਦੱਸਣ ਮੁਤਾਬਕ ਜੀ। ਤਿੰਨ ਬੱਚੇ ਸ਼ਾਦੀ ਇਸ਼ੂ ਸੀ ਜੀ ਇਹਦੇ। ਮਨੀ ਕੰਮ ਕੀ ਕਰਦੇ? ਮਨੀ ਫਿਲਹਾਲ ਤਾਂ ਜੀ ਚੱਲ ਰਹੀ ਹੈ, ਤੁਸੀਂ ਚੱਲ ਰਹੀ ਹੈ ਪੜਤਾਲ ਅੱਗੇ, ਜੋ ਹੋਊਗਾ ਜੇ ਉਹ ਜੀ ਕਾਰਵਾਈ ਕੀਤੀ ਜਾਊ। ਮਨੀ ਦੀ ਉਮਰ ਕਿੰਨੀ ਹੈ ਜੀ? ਇਹ ਤਾਂ ਹੁਣ ਪਤਾ ਲੱਗੂਗਾ ਜੀ, ਮੁੱਖ ਪੜਤਾਲ ਚੱਲ ਰਹੀ ਹੈ, ਬੰਦਾ ਅਰੈਸਟ ਕਰਾਂਗੇ ਜਾਂ ਜੋ ਫਿਰ ਹੀ ਪਤਾ ਲੱਗਣਾ ਜੀ ਕਿੰਨੀ ਉਮਰ ਕਿ ਪਾਲਕੋਟ ਦੀ ਉਮਰ ਪਤਾ ਲੱਗੀ? ਹਾਂਜੀ ਇਹਦੀ ਕਰੀਬ 50 ਸਾਲ ਦੇ ਕਰੀਬ ਹੈਗੀ ਹੈ ਜੀ, ਬੱਚੇ ਦੀ ਸ਼ਾਦੀ ਸ਼ੁਦਾ, ਤਿੰਨ ਬੱਚੇ ਇਹਦੇ। ਕਿੰਨੀ ਦੇਰ ਤੋਂ ਸੰਬੰਧ ਸੀ ਉਹਦੇ ਨਾਲ? ਇਹਦੇ ਸੀਗੇ ਜੀ 1.5-2 ਸਾਲ ਤੋਂ ਜੀ। ਅਤੇ ਪਤਾ ਲੱਗਿਆ ਮਾਰਿਆ ਕਿ? ਇਹ ਨਹੀਂ ਕੁਛ ਨਹੀਂ, ਉਹਦੇ ਕੋਈ ਨਿਸ਼ਾਨ ਕੋਈ ਹੈ ਨਹੀਂ ਗਾ ਜੀ, ਉਹਦੇ ਮੱਥੇ 'ਤੇ ਸਿਰਫ ਹੈਗਾ ਜਿਵੇਂ ਕੰਧ ਨਾਲ ਮਾੜਾ ਸਿਰ ਵੱਜਿਆ ਹੁੰਦਾ, ਉੱਦਾਂ ਪਤਾ ਨਹੀਂ ਕੀ ਮਾਰਿਆ ਜੀ। ਪੋਸਟਮਾਰਟਮ ਤੋਂ ਜੋ ਵੀ ਹੈ ਪਤਾ ਲੱਗੂਗਾ ਜੀ ਕੀ ਹੈ, ਕਾਹਦੇ ਨਾਲ ਹੋਈ ਹੁੰਦੀ। ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਕੋਲ? ਕਾਰਵਾਈ ਸਾਡੇ ਵੱਲੋਂ ਕਦਮਾਂ ਚੜ੍ਹ ਕੇ ਤਾਂ ਜਾ ਰਿਹਾ ਜੀ, ਮਰਦ ਜਿਹੜੀ ਮ੍ਰਿਤਕ ਹੈ ਉਹਦੇ ਲੜਕੇ ਦੇ ਬਿਆਨ 'ਤੇ ਜੀ।